ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਵਿੰਪੀ ਸਿੱਧੂ, ਤੁਸੀਂ ਦੇਖ ਰਹੇ ਹੋ ਟ੍ਰੈਂਡ ਸੈਟਰ ਪੰਜਾਬੀ। ਮੈਂ ਨਹੀਂ ਰਹਾਂਗਾ, ਮੇਰੇ ਗੀਤ ਰਹਿਣਗੇ, ਪਾਣੀ ਨੇ ਮੇਰੇ ਗੀਤ, ਮੈਂ ਪਾਣੀ ਤੇਰੀ ਖਾਂ। ਇਹ ਲਾਈਨਾਂ ਬੋਲਦਿਆਂ ਮੈਂ ਸੁਰਾਂ ਦੇ ਸਿਕੰਦਰ, ਸਰਦੂਲ ਸਿਕੰਦਰ ਸਾਹਿਬ ਨੂੰ ਯਾਦ ਕਰ ਰਹੀ ਹਾਂ। ਪਿਛਲੇ ਦਿਨੀ ਸਾਨੂੰ ਅਲਵਿਦਾ ਕਹਿ ਗਏ। ਉਹਨਾਂ ਦਾ ਅਚਾਨਕ ਤੁਰ ਜਾਣਾ ਪੰਜਾਬੀਆਂ ਲਈ ਇੱਕ ਬਹੁਤ ਵੱਡਾ, ਪੰਜਾਬੀਆਂ ਨੇ, ਸੰਗੀਤ ਪ੍ਰੇਮੀਆਂ ਨੇ ਇੱਕ ਝਟਕਾ ਮਹਿਸੂਸ ਕੀਤਾ। ਕੁਝ ਸਮੇਂ ਲਈ ਤਾਂ ਸੁੰਨ ਜੇ ਹੋ ਗਏ। ਇਹ ਕੀ ਹੋ ਗਿਆ, ਕਿਉਂ ਹੋ ਗਿਆ, ਕੌਣ ਸਾਹਿਬ ਨੂੰ ਆਖੇ ਇੰਜ ਨਹੀਂ ਤੂੰ ਇੰਜ ਕਰ। ਸਰਦੂਲ ਸਿਕੰਦਰ ਜਿੱਥੇ ਬਹੁਤ ਅੱਛੇ ਸਿੰਗਰ ਸਨ, ਉੱਥੇ ਬਹੁਤ ਅੱਛੇ ਫਨਕਾਰ ਸਨ, ਅਦਾਕਾਰ ਸਨ। ਮਾਹੌਲ ਨੂੰ ਖੁਸ਼ਗਵਾਰ ਬਣਾਉਣ ਦੀ ਬਹੁਤ ਉਂਦਾ ਕਲਾ ਸੀ ਉਹਨਾਂ ਕੋਲ। ਗੱਲਬਾਤ ਫੁਰਦੀ ਸੀ ਸਿਕੰਦਰ ਸਾਹਿਬ ਨੂੰ, ਸੈਂਕੜੇ ਸ਼ੇਅਰ ਉਹਨਾਂ ਨੂੰ ਜ਼ੁਬਾਨੀ ਯਾਦ ਸਨ। ਮੈਨੂੰ ਯਾਦ ਹੈ ਅੱਜ ਤੋਂ 2 ਸਾਲ ਪਹਿਲਾਂ, ਜਦੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਭਾਈ ਵੀਰ ਸਿੰਘ ਹੋਣਾ ਦੇ ਜਨਮ ਦਿਹਾੜਾ ਮਨਾਇਆ ਜਾ ਰਿਹਾ ਸੀ, ਅਸੀਂ ਭਾਈ ਵੀਰ ਸਿੰਘ ਹੋਣਾਂ 'ਤੇ ਡਾਕੂਮੈਂਟਰੀ ਫਿਲਮ ਬਣਾਉਣੀ ਸੀ, ਸ਼ਾਰਟ ਪੀਰੀਅਡ ਸੀ ਸਾਡੇ ਕੋਲ ਉਹ ਪ੍ਰੋਜੈਕਟ ਕੰਪਲੀਟ ਕਰਨ ਦਾ। ਮੇਰੀ ਇੱਛਾ ਸੀ ਕਿ ਉਹ ਜਿਹੜੀ ਭਾਈ ਵੀਰ ਸਿੰਘ ਉਹਨਾਂ ਦੀ ਸ਼ਾਇਰੀ ਹੈ, ਪੋਇਟਰੀ ਲਿਰਿਕਸ ਉਹਨਾਂ ਦੇ ਹੈਗੇ ਨੇ, ਉਹ ਸਰਦੂਲ ਭਾਜੀ ਉਹਨਾਂ ਦੀ ਆਵਾਜ਼ ਉਹਨਾਂ ਨੂੰ ਦਿੱਤੀ ਜਾਵੇ। ਮੈਂ ਸਰਦੂਲ ਭਾਜੀ ਉਹਨਾਂ ਨੂੰ ਫੋਨ ਕੀਤਾ। ਭਾਜੀ ਉਹਨੇ ਕਿਸੇ ਵਿਆਹ 'ਚ ਸਨ, ਫੈਮਿਲੀ ਫੰਕਸ਼ਨ ਦੇ ਵਿੱਚ। ਕਹਿੰਦੇ ਵਿੰਪੀ, ਇੱਥੇ ਕੋਈ ਸਟੂਡੀਓ ਵਗੈਰਾ ਦਾ ਇੰਤਜ਼ਾਮ ਤਾਂ ਹੈ ਨਹੀਂ, ਮੈਂ ਕਿਸੇ ਵਿਆਹ ਦੇ ਪ੍ਰੋਗਰਾਮ 'ਚ 1-2 ਦਿਨਾਂ ਲਈ ਆਇਆ ਹੋਇਆ। ਮੈਂ ਉਹਨਾਂ ਨੂੰ ਹੱਸਦਿਆਂ ਕਿਹਾ ਸੀ ਕਿ ਭਾਜੀ, ਤੁਹਾਡੇ ਅੱਗੇ ਸਾਰੇ ਇੰਸਟਰੂਮੈਂਟ, ਸਾਰੇ ਸਟੂਡੀਓ ਜਿਹੜੇ ਨੇ ਉਹ ਫੇਲ ਨੇ, ਤੁਸੀਂ ਨਾ ਮੈਨੂੰ ਤਰਨਮ 'ਚ ਭੇਜ ਦਿਓ। ਭਾਜੀ ਖੁਸ਼ ਹੋਏ ਸਨ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਹਨਾਂ ਨੇ ਮੇਰੀ ਗੱਲ ਭੁੰਝੇ ਨਹੀਂ ਪੈਣ ਦਿੱਤੀ। ਦੋਸਤੋ, ਮੈਂ ਭਾਈ ਵੀਰ ਸਿੰਘ ਹੋਣਾ ਦੇ ਬਹੁਤ ਸਾਰੇ ਲਿਰਿਕਸ ਸਰਦੂਲ ਭਾਜੀ ਉਹਨਾਂ ਨੂੰ ਭੇਜੇ। ਉਹਨਾਂ ਨੇ ਆਪਣੀ ਆਵਾਜ਼ ਦੇ ਵਿੱਚ, ਤਰਨਮ ਦੇ ਵਿੱਚ ਗਾ ਕੇ ਮੈਨੂੰ ਭੇਜੇ। ਮੈਂ ਉਹਨਾਂ ਨੂੰ ਕਿਹਾ ਸੀ ਕਿ ਭਾਜੀ, ਜਿਹੜੇ ਢੁੱਕਵੇਂ ਮੈਨੂੰ ਲੱਗੇ ਇਸ ਡਾਕੂਮੈਂਟਰੀ ਲਈ ਮੈਂ ਇੱਥੇ ਰੱਖਾਂਗੀ, ਬਾਕੀ ਮੈਂ ਕਿਸੇ ਲਿਟਰੇਰੀ ਪ੍ਰੋਗਰਾਮ 'ਚ ਜ਼ਰੂਰ ਇਹਨਾਂ ਨੂੰ ਬਹੁਤ ਅੱਛੇ ਢੰਗ ਨਾਲ ਪ੍ਰਜੈਂਟ ਕਰਾਂਗੀ। ਦੋਸਤੋ, ਮੈਨੂੰ ਨਹੀਂ ਸੀ ਲੱਗਦਾ, ਮੈਂ ਨਹੀਂ ਸੀ ਸੋਚਿਆ ਕਿ ਇੰਜ ਮੈਨੂੰ ਉਹਨਾਂ ਲਿਰਿਕਸ ਦੇ ਨਾਲ ਅੱਜ ਸਰਦੂਲ ਭਾਜੀ ਉਹਨਾਂ ਨੂੰ ਇਸ ਤਰ੍ਹਾਂ ਯਾਦ ਕਰਨਾ ਪਊਗਾ। ਸਰਦੂਲ ਭਾਜੀ ਉਹਨਾਂ ਦੇ ਤਰਨਮ ਦੇ ਰੰਗ ਨੂੰ ਤੁਹਾਡੇ ਰੂਬਰੂ ਕਰਦੇ ਹਾਂ। ਦੁਆ ਕਰਦੀ ਹਾਂ ਕਿ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਰਹੀ ਵਾਸਤੇ ਕਤ ਹੋ, ਰਹੀ ਵਾਸਤੇ ਕਤ ਸਮੇਂ ਇੱਕ ਨਾਮ ਨੀ ਫੜ ਫੜ ਰਹੀ ਤਰੀ ਸਮੇਂ ਕਿਸ ਕਾਈ ਕੰਨੀ ਕਿਵੇਂ ਨਾ ਸਕੀ ਰੋਕ ਅਟਕ ਜੋ ਪਾਈ ਪੰਨੀ ਹੋ, ਕਿਵੇਂ ਨਾ ਸਕੀ ਰੋਕ ਅਟਕ ਜਾਓ ਪਾਈ ਪੰਨੀ ਹੋ, ਤ੍ਰਿਖੇ ਆਪਣੀ ਵੇਗ ਗਿਆ ਟੱਪ ਬਨੇ ਬੰਨੀ, ਗਿਆ ਟੱਪ ਬਨੇ ਬੰਨੀ, ਗਿਆ ਟੱਪ ਬਨੇ ਬੰਨੀ, ਗਿਆ ਟੱਪ ਬਨੇ ਬੰਨੀ ਹੋ। ਅਜੇ
संभाल इस समय कर सफल उड़ंदा जामदा ए ठहरन जाच ना जानदा लंग गया न मुड़ के आमदा अजे संभाल इस समय नू कर सफल उड़ंदा जामदा ए ठहरन जाच न जानदा लंग गया न मुड़ के आमदा लंग गया न मुड़ के आमदा लंग गया न मुड़ के आमदा हो लंग गया न मुड़ के आमदा हो ना कोई नाद सरोद सुनी फिर संगीत रस छाया चुप चापर रूप तेरे बिच होए कविता रंग जमाया सर्द सर्द पर छूया तेनू सर्द सर्द पर छूया तेनू जरूर विच आवे गहर गंभीर अडोल सुहावे तैं के हां जोग कमाया जोग कमाया तैं के हां जोग कमाया सीने खिच जिनान खादी ओ कर आराम न बंदे न्यू वाले नैना दी नींद्र ओ दिनों रात पे वेंदे हो इको लगन लगी लई जांदी इक लगन
लगी ली जांदी है टोर अनंत उनांदी ओ वसलों उरे मुकाम ना कोई ओ सोचाल पईए नित रेंदे हैं ओ चाल पईए नित रेंदे रही वास्ते कत मैं रही वास्ते कत समय ने इक नामनी फड़ फड़ रही तरीक समय खिसकाई कनी किमें नसकीराक अटक जा पाई पनी ओ त्रिखे अपने वेग गया टप बने बनी हो अजय संभाल इस समय नू कर सफल उड़दा जामदा ए ठहरन जांच ना जानदा लंग गया न मुड़ के आमदा ओ अजय संभाल इस समय नू कर सफल उड़ंदा जामदा ए ठहरन जांच न जानदा लंग गया न मुड़के आमदा लंग गया न मुड़के आमदा लंग गया न मुड़ के आमदा हो लंग गया न मुड़ के आमदा लंग गया न मुड़ के आमदा वैरी नाक तेरा पैना चलका जद अखियां विच वजदा कुदरत ते कादर दा जलवा ले एक सजदा रंग फिराजी ते चलक बलारी डलक मोतियां वाली रूह विच आ जज्ब होए जी वेक वेक नहीं रजदा
जीवेक वेक नहीं रजदा।